ਸਤਿਗੁਰ ਕਿਰਪਾ ਮੇਰਾ ਪੁੱਤਰ ਸਾਨੂੰ ਪਾਣਾ ਮੰਨਣ।
ਜੀ ਜਾ ਚਾਚਾ ਜੀ ਬੁਲਾਉ ਫਤਿਹ ਅੱਖੋ ਪਿਆਰ ਸਤਿਕਾਰ ਸਹਿਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚਾ ਨਾਮ ਮੇਰਾ ਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭੰਗ ਘਰ ਸੁਭੰਗ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਸਗਲ ਜਗਤ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਮਸ਼ਕਤ ਕਾਲ ਨਾਨਕ ਦੇ ਮੁਖ ਜਲੇ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ 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 ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਔਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾਏ ਗੁਰੂ ਨਾਨਕ ਨਹੀਂ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹਰਜਨ ਹਰ ਗੋਬਿੰਦਨ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਨ ਠੇ ਸਤਿਗੁਰ ਜਾਏ ਤੇਗ ਬਹਾਦਰ ਸਿਮਰਿਆ ਚਾਲੀਆਂ ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਏ ਤੇਗ ਵਾਹੀ ਦੇਖ ਕੇ ਨਿਠ ਕੀਤਾ ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਿੱਖ ਦਿੱਤੇ ਬੰਦ ਬੰਦ ਕਟਵਾਏ ਗੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੇ ਆਰਿਆਂ ਨਾਲ ਚੀਰੇ ਗਏ ਆਪ ਜੀ ਕਰੋ ਜੀ ਕਿਰਪਾ ਆਪਣਾ ਪਾਵਨ ਪਵਿੱਤਰ ਜਗਾ ਜਾਏ ਤੇਰੀ
पया पुराना झूला
Oh.
Vahe Guru, Vahe Guru, Vahe Guru.
अज आप सारे ही
ਜੋ ਮਾਤਾ ਜੀ ਸਾਡੇ ਵਿੱਚੋਂ ਪਰਿਵਾਰ ਨੂੰ ਸਾਰੇ ਸੰਬੰਧੀਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਅਕਾਲ ਪੁਰਖ ਪਰਮਾਤਮਾ ਜੀ ਨੂੰ ਰੱਬ ਨੂੰ ਪਿਆਰੇ ਹੋ ਗਏ ਕੁਝ ਦਿਨ ਪਹਿਲਾਂ। ਜਿਤਨੀ ਸਵਾਸਾਂ ਦੀ ਪੂੰਜੀ ਮਿਲੀ ਸੀ ਰੱਬ ਪਰਮਾਤਮਾ ਜੀ ਵੱਲੋਂ, ਉਤਨੀ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆਂ ਜੀਵਨ ਯਾਤਰਾ ਕਰਦਿਆਂ ਦੌਰਾਨ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸੱਦੇ ਦੇ ਮੁਤਾਬਕ ਵਾਹਿਗੁਰੂ ਦੇ ਦੇਸ਼ ਚਲੇ ਗਏ। ਉਹਨਾਂ ਦੇ ਜਾਣ ਤੋਂ ਬਾਅਦ, ਜੋ ਹਰੇਕ ਪ੍ਰਾਣੀ ਦੇ ਜਾਣ ਤੋਂ ਬਾਅਦ ਆਪਾਂ ਅਰਦਾਸ ਕਰਦੇ ਹਾਂ, ਸਤਿਗੁਰਾਂ ਦੇ ਚਰਨਾਂ ਵਿੱਚ ਇਹ ਇੱਕ ਸਤਿਗੁਰਾਂ ਨੇ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ ਹੈ। ਗੁਰਮਤਿ ਦੇ ਲਿਹਾਜ਼ ਦੇ ਨਾਲ ਜੇ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ, ਕੋਈ ਦੁੱਖ ਦੀ ਐਸੀ ਘਟਨਾ ਆ ਜਾਂਦੀ ਹੈ, ਤੇ ਉਹ ਬਾਣੀ ਦੁਆਰਾ ਆਪਣੇ ਮਨ ਨੂੰ ਧਰਵਾਸ ਦੇ ਸਕਦਾ, ਬਾਣੀ ਦਾ ਜਾਪ ਕਰਕੇ ਉਹਦੇ ਮਨ ਨੂੰ ਸ਼ਾਂਤੀ ਆ ਸਕਦੀ ਹੈ। ਪਾਣਾ ਮੰਨਣ ਦਾ ਕਿਉਂਕਿ ਬਲ ਬਾਣੀ ਬਖਸ਼ਿਸ਼ ਕਰਦੀ ਹੈ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਗੁਰਮਤਿ ਦੇ ਨਾਲ ਜੋੜਦਿਆਂ ਹੋਇਆਂ ਇਹ ਬਖਸ਼ਿਸ਼ ਕਰ ਦਿੱਤੀ ਹੈ ਕਿ ਜੀਵ ਦੇ ਪ੍ਰਾਣੀ ਦੇ ਜਾਣ ਤੋਂ ਬਾਅਦ ਜਿਸ ਸਿਮਰਤ ਸਭ ਕਿਲਖ ਨਾਸਹਿ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮੇ ਸਦੀ ਜਾਪੋ ਤਾਂ ਕਾ ਅੰਤ ਨਾ ਪਾਰੋ। ਉਸ ਮਾਲਕ ਪਰਮੇਸ਼ਰ ਦਾ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੀ ਕਿਰਪਾ ਦੇ ਨਾਲ ਸਾਰੇ ਪਾਪ ਕਾਰ ਨਾਸ਼ ਹੋ ਜਾਂਦੇ ਹਨ। ਸਤਿਗੁਰੂ ਕਹਿੰਦੇ ਜਿਹਦੀ ਸਿਮਰਨ ਕਰਨ ਦੇ ਨਾਲ ਪਿਤਰਾਂ ਦਾ ਵੀ ਉਧਾਰ ਹੋ ਜਾਂਦਾ ਹੈ, ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ, ਸਿਮਰਨ ਕਰਨਾ ਚਾਹੀਦਾ। ਵੈਸੇ ਜੀਵਨ ਮਨੋਰਥ ਸਾਡਾ ਜਿਹੜਾ ਹੈ ਨਾ, ਇਹ ਮਿਲਿਆ ਇਸੇ ਲਈ ਹੈ ਸਾਨੂੰ। 84 ਲੱਖ ਜੂਨਾਂ ਦੇ ਵਿੱਚੋਂ ਇੱਕ ਸਰਦਾਰ ਜੂਨੀ ਹੈ ਮਨੁੱਖਾ ਜਨ। ਮਨੁੱਖ ਦੀ ਕੈਸੀ ਵੇਖੋ, ਇੱਕ ਯਾਤਰਾ ਹੈ ਕਿ ਯਾਤਰਾ ਕਰਨ ਵਾਸਤੇ ਮਨੁੱਖ ਆਉਂਦਾ ਹੈ ਸੰਸਾਰ ਦੇ ਉੱਤੇ। ਇਹ ਯਾਤਰਾ ਕੋਈ ਭਾਵੇਂ 2 ਸਾਲ ਦੀ ਕਰ ਜਾਏ ਅਤੇ ਭਾਵੇਂ 10 ਸਾਲ ਦੀ ਕਰਦਾ ਹੈ, ਭਾਵੇਂ ਛੋਟਾ ਬੱਚਾ, ਭਾਵੇਂ 50 ਸਾਲ ਦੀ, ਭਾਵੇਂ 100 ਸਾਲ ਦੀ ਕੋਈ ਯਾਤਰਾ ਕਰ ਜਾਵੇ, ਸਾਰੇ ਆਪਾਂ ਯਾਤਰੀਆਂ ਹੀ ਹਾਂ। ਇਹ ਸੰਸਾਰ ਦੇ ਉੱਤੇ ਇੱਕ ਯਾਤਰਾ ਕਰਨ ਵਾਸਤੇ ਆਏ। ਕੋਈ ਕਿੰਨੀ ਯਾਤਰਾ ਕਰਕੇ ਚਲਾ ਜਾਂਦਾ, ਉਹਦੇ ਜਾਣ ਤੋਂ ਬਾਅਦ ਆਪਾਂ ਇੱਕੋ ਹੀ ਗੱਲ ਕਹਿੰਦੇ ਹਾਂ ਕਿ ਫਲਾਣੇ ਬੰਦੇ ਦਾ ਜਨਮ 80 ਸਾਲ, 100 ਸਾਲ, 80 ਸਾਲ, 70 ਸਾਲ ਪਹਿਲਾਂ ਹੋਇਆ ਸੀ। ਜਨਮ ਪਹਿਲਾਂ ਹੋਇਆ ਸੀ, ਮੌਤ ਬਾਅਦ ਵਿੱਚ। ਪਰ ਇਸ ਗੱਲ ਨੂੰ ਸਮਝਾਉਣ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 1430 ਅੰਗਾਂ ਵਾਲੀ ਬਾਣੀ, ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਸਾਹਮਣੇ ਥਾਲ ਮਹਾਨ ਪਰੋਸ ਕਰਕੇ ਰੱਖ ਦਿੱਤਾ ਕਿ ਬਾਣੀ ਦੁਆਰਾ ਤੈਨੂੰ ਸਮਝ ਲੱਗ ਸਕੇ, ਇਹਦੀ ਬੰਦੇ ਨੂੰ ਸਮਝ ਨਹੀਂ ਲੱਗਦੀ, ਪਰ ਜਿੰਨੀ ਦੇਰ ਤੱਕ ਗੁਰੂ ਦੀ ਕਿਰਪਾ ਨਹੀਂ ਆਉਂਦੀ, ਜਦੋਂ ਗੁਰੂ ਦੀ ਕਿਰਪਾ ਆਉਂਦੀ ਹੈ ਫਿਰ ਇਸ ਬੰਦੇ ਨੂੰ ਸਮਝ ਲੱਗ ਜਾਂਦੀ ਹੈ, ਫਿਰ ਇਹ ਆਪਣੀ ਜੀਵਨ ਦੀ ਯਾਤਰਾ ਨੂੰ ਸਫਲਿਆ ਬਣਾ ਸਕਦਾ। ਜਿੰਨਾ ਚਿਰ ਸਮਝ ਨਾ ਆਵੇ ਨਾ, ਉਨਾ ਚਿਰ ਇਸ ਯਾਤਰਾ ਦੀ ਸਮਝ ਵੀ ਨਹੀਂ ਜੇ ਲੱਗਦੀ। ਇਸ ਦੇਸ਼ ਦੇ ਅੰਦਰ ਵਰਨ ਵੰਡ ਹੋਏ, 4 ਭਾਗਾਂ ਦੇ ਵਿੱਚ ਵੰਡਿਆ ਗਿਆ ਮਨੁੱਖ। ਇਹਦਾ ਮਤਲਬ ਸੀ ਕਿ ਧਾਰਮਿਕ, ਜਿਹੜੀ ਧਾਰਮਿਕ ਤੌਰ 'ਤੇ ਜੀਵ ਦੀ ਤਰੱਕੀ ਹੋਵੇ, ਇਹ ਵਿਕਸਿਤ ਹੋਵੇ, ਵਿਕਾਸ ਵਿੱਚ ਹੋਵੇ, ਨਹੀਂ ਇਹਦੀ ਢਹਿੰਦੀ ਕਲਾ ਹੋਏ। ਸੰਸਾਰ ਵਿੱਚ ਜਦੋਂ ਆਉਣ ਵਾਲੇ ਸਮੇਂ ਵਿੱਚ ਵੇਖਿਆ ਅਤੇ ਇਹਨਾਂ ਵਰਨਾ ਵੰਡਾਂ ਦੇ ਵਿੱਚ ਕੀ ਹੋਇਆ, ਇਹਨਾਂ ਨੇ ਧਰਮ ਨੂੰ ਹੀ ਕਲੰਕਿਤ ਕਰਕੇ ਰੱਖ ਦਿੱਤਾ। ਸ਼ੂਦਰ, ਵੈਸ਼, ਖੱਤਰੀ, ਬ੍ਰਾਹਮਣ, ਵੈਸੇ ਸਤਿਗੁਰਾਂ ਤੇ ਸਮਝਾਇਆ ਸ਼ੂਦਰ ਤੋਂ ਲੈ ਕੇ ਬ੍ਰਾਹਮਣ ਤੱਕ ਦੀ ਯਾਤਰਾ ਕਰਨੀ ਹੈ ਮਨੁੱਖ ਨੂੰ। ਸ਼ੂਦਰ ਕੌਣ ਹੈ? ਸ਼ੂਦਰ ਹੈ ਜਿਹਨੂੰ ਅਜੇ ਤੱਕ ਗਿਆਨ ਹੀ ਕੋਈ ਨਹੀਂ ਹੋਇਆ, ਬੋਧ ਹੀ ਕੋਈ ਨਹੀਂ ਹੋਈ, ਉਹ ਸ਼ੂਦਰ ਹੀ ਹੈ। ਆਪਾਂ ਜਾਤਾਂ ਕਰਕੇ ਸ਼ੂਦਰ ਕਹਿੰਦੇ,
पर शूद्र है जिन्हों अजे तक बोध नहीं है, बच्चा है बच्चे नूं कोई ज्ञान नहीं, वो पवित्र है, उन्हें पवित्रता जीवन में हासिल करनी है। जन्म इसलिए उन्हें मिले भी वह पवित्रता हासिल कर लवे संसार के अंदर। अपवित्र है, शूद्र है, उन्हें विज्ञान नहीं है, उन्हें बोध नहीं है, जे किसी गल का आया उन्हें पता नहीं लगा कि मैं कुछ करना है। संसार के अंदर आप वेखते हाँ कि छोटे छोटे बच्चे जदों अपना कर्म करते हैं उन्होंने भी कोई समझ नहीं आती भी की आप कर रहे हैं, की कर्म कर रहे हैं, खेडा करते हैं, कोई उन्होंने ज्ञान नहीं इस गल का होता। थोड़ा जदों ये बिरती उत्ते उठती है थोड़ी जी, तो फिर इन ख्याल आता है कि मैं कुछ कर्म करना है जिस के नाल मैं चंगा रोटी कमा सकता, चंगा अपना रुजगार चला सकता, परिवार का गुजारा चला सकता। ये ख्याल आ गया जो रोटी तक आ गया, कमाण तक आ गया, तो यह वैश बन गया। वैश तो बाद फिर यह ख्याल आ गया अगे चल पाया होर अगे कि जे मैं कमाई करनी है, परिवार को पालना है, तो संसार विच रहना है, रोटी भी चंगी खानी है, पदार्थ भी चंगे मिल, तो चंगा मैनू पहनन मिले, तो मेरी इज्जत भी संसार विच होवे। हरेक इंसान चाहुंदा कि मेरी संसार विच इज्जत होवे, क्योंकि सतगुर कहिंदे जे जीवै पत लथी जाए सब हराम जे ता किछ खाए। तो जे ज्यौंदिया बंदे की इज्जत ही लै जानी है संसार के अंदर, तो जिहड़ा वह खा पी रहा उहदा हराम ही है, फिर उहदे किसे कम नहीं। जो कोई शक रहा जे संसार विच रहिंदा पिया फिर उहदा किसे अर्थ भी नहीं आउंदा, क्योंकि इज्जत लवा करके जे संसार दे विच रहना है तो इहो जिहा रहिण नूं लख लाण तो मौत ही चंगी। ये वैश तक दी फिर आ जाती है सोच, अगे बदल जाती है, फिर अगे शूद्र तो अगे चलना है वैश, तो फिर इस तो बाद इसने क्षत्री पुणा दे विच आना है भी राजे बड़ी बिरती हो जानी, राजे महाराजे बन जाना, चंगे अहुदिया ते बंदे ने सुभायमान हो जाना, यह क्षत्री पुणा है। इतों के ब्राह्मण तक की यात्रा करनी सी पर पिछे पिछे तक सीमित रहा, अगे उन्हें यात्रा की कोई नहीं। जिहड़ी ब्राह्मण तक की यात्रा करनी सी वो इस संसार के अंदर रह करके नहीं की कोई नहीं। तो सतगुरु पातशाह महाराज जी वचन करते हैं बाणी के कहते इस वास्ते इस संसार के अंदर यात्रा करने वास्ते संसार दे विच जीव आउंदा है, पर मनुख हरेक कहिंदा है कि फलाना बंदा अपनी यात्रा सफल करके, सफल सफल भई सफल यात्रा, आवन जान मिले रहे साधन। आपां कहिंदे आ सफल हो गया, हरेक प्राणी दे चढ़ाई करन तो बाद ग्रंथी सिंह अरदास करदा है कि फलाना यात्रा पूरी कर गया। ये नहीं पता भी अजे ती यात्रा शुरू भी नहीं उन्हें की पूरी कितों कर गया, अजे ती यात्रा वाले पासे तुरिया भी नहीं, क्योंकि सतगुरां ने कुछ मर्यादा बनिया ने रहत मर्यादा के मुताबक बाणी के मुताबक। जे आप रहत मर्यादा के बाणी के मुताबक वो विचारों को धारण नहीं करते तो फिर असी यात्रा में अजे अधूरे ही हाँ, फिर असी यात्रा अपनी पूरी नहीं की अजे तक। गुरबाणी की कथा सुना के इतिहास सुना के आप चले जाना, पर यह कभी सोचा कि साड़ी रहत मर्यादा की कहती, साडा गुरबाणी का सिद्धांत की कहता, कभी इस बारे असी ध्यान नहीं दिता। तो इस वास्ते कार की मर्यादा भी सतगुरां ने बहुता नहीं बोलना इसके बारे में, विचार बहुत ने। चौथा संस्कार है मृतक संस्कार जिहड़ा आप निकाल रहे हैं, यह भी मर्यादा सतगुरां ने फड़ दिती है। रहत मर्यादा विच लिखा है कि जदों प्राणी चढ़ाई कर जाए ना उदो गुरु को मुख रखना, जे मंजे ते प्राणी है तो उन्हें मंजे ते रहन देना, थले नहीं लाना, उहदे चार सफेरे दीवे नहीं बा
ਹੁਣ ਆਪਣਾ ਜੀਵਨ ਗੁਰਮਤ ਤੇ ਗੁਰਬਾਣੀ ਤੋਂ ਉਲਟ ਜੀਵਿਆ ਹੈ, ਉਹਨਾਂ ਦਾ ਆਇਆ ਹੋਇਆ ਸੰਸਾਰ ਤੇ ਸਫਲਾ ਨਹੀਂ ਜੀਵਦਾ। ਉਹਨਾਂ ਦਾ ਆਇਆ ਜਾਂ ਆਏ ਜਾਂ ਨਾ ਆਏ ਕੋਈ ਗੱਲ ਨਹੀਂ, ਸਫਲਾ ਤੇਰਾ ਨਾਮ ਇੱਥੇ ਜਿੰਨਾ ਮਰਜ਼ੀ ਖੱਟ ਲੈ ਜਿੰਨਾ ਮਰਜ਼ੀ ਕਰ ਲੈ, ਪਰ ਤੇਰਾ ਜੀਵਨ ਸਫਲਾ ਨਹੀਂ। ਜੀਵਨ ਸਫਲਾ ਉਹਨਾਂ ਦਾ ਹੁੰਦਾ ਜਿਨ੍ਹਾਂ ਨੇ ਸੰਸਾਰ ਦੇ ਉੱਤੇ ਆ ਕੇ ਗੁਣ ਨਿਦਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ ਨਾਨਕ ਦਿਸ ਬਲਿਹਾਰੀ। ਸਤਿਗੁਰ ਕਹਿੰਦੇ ਮੈਂ ਬਲਿਹਾਰ ਜਾਣਾ ਉਹਨਾਂ ਤੋਂ ਜਿਨ੍ਹਾਂ ਦੇ ਉੱਤੇ ਸਤਿਗੁਰਾਂ ਦੀ ਕਿਰਪਾ ਹੋ ਗਈ ਤੇ ਉਹਨਾਂ ਦਾ ਆਇਆ ਹੋਇਆ ਇਸ ਸੰਸਾਰ ਤੇ ਸਫਲਾ ਹੋ ਗਿਆ ਤੇ ਉਹਨਾਂ ਦਾ ਜਾਣਾ ਵੀ ਤੇ ਰਹਿਣਾ ਵੀ ਸੰਸਾਰ ਦੇ ਉੱਤੇ ਸਫਲਾ ਹੋ ਜਾਂਦਾ। ਤੋ ਇਸ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਮਰਿਆਦਾ ਦੇ ਮੁਤਾਬਕ ਸਮਝਾਉਂਦੇ ਨੇ। ਤੇ ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਪਣਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਏ। ਮਨੁੱਖ ਕਹਿੰਦਾ ਮੈਂ ਅਖੀਰਲੇ ਵਕਤ ਸਿਮਰਨ ਕਰ ਲਵਾਂਗਾ, ਬੜਾ ਸਮਾਂ ਅਜੇ ਲੰਮਾ ਪਿਆ, ਬੜਾ ਲੰਮਾ ਸਮਾਂ। ਆ ਪਟਿਆਲੇ ਦੀ ਸੰਗਤ ਆਈ ਹੈ, ਯੂਨੀਵਰਸਿਟੀ ਦਾਸ ਦਾ ਘਰ ਹੈ ਪ੍ਰੋਫੈਸਰ ਕਲੋਨੀ, ਉੱਥੋਂ ਦੇ ਕਈ ਸੱਜਣ ਆਏ ਤੇ ਉੱਥੇ ਇੱਕ ਦੋ ਪੁਲਿਸ ਵਾਲੇ ਨੇ ਪੁਲਿਸ ਮਹਿਕਮੇ ਵਿੱਚ। ਆਪਾਂ ਸਾਰੇ ਵੈਸੇ ਤਾਂ ਪੁਲਿਸ ਨੂੰ ਮਾੜੇ ਹੀ ਕਹਿੰਦੇ ਹਾਂ, ਪਰ ਕਈ ਮੇਰੇ ਸੱਜਣ ਨੇ ਇਹੋ ਜਿਹੇ ਜਿਨ੍ਹਾਂ ਦਾ ਨੇਮ ਹੈ ਵੀ 1 ਵਜੇ ਦੂਗਨਵਾਲ ਸਾਹਿਬ ਪਹੁੰਚ ਜਾਣਾ, ਇਹੋ ਜਿਹਾ 2-3 ਇਹੋ ਜਿਹਾ ਅਵਸਰ ਲੈਣ ਦੇ ਵਿੱਚ ਨੇ, ਮਿੱਤਰ ਨੇ ਮੇਰੇ, ਉਹ ਪਹੁੰਚ ਜਾਂਦੇ ਨੇ ਦੂਖਨਵਾਰ ਸਾਹਿਬ ਬਹਾਦਰਗੜ੍ਹ ਸਾਹਿਬ, ਆਪਣੇ ਹੱਥ ਦੇ ਨਾਲ ਹੁਕਮਨਾਮਾ ਲਿਖਦੇ ਨੇ ਜਾ। ਭਾਈ ਹਰਜੀਤ ਸਿੰਘ ਪ੍ਰੋਫੈਸਰ ਕਲੋਨੀ ਮੇਰੇ ਗੁਆਂਢ ਵਿੱਚ ਹੀ ਰਹਿੰਦਾ ਹੈ, ਉਹ ਲਿਖਦਾ ਹੁਕਮਨਾਮਾ ਲਿਖਦਾ ਜੇ ਰੋਜ਼ ਜਾ ਕੇ 2-3 ਵਜੇ ਉੱਥੇ ਸੇਵਾ ਕਰਦਾ, ਲੱਕ ਬੰਨਿਆ ਹੁੰਦਾ ਉਹਨੇ, 12 ਵਜੇ ਉੱਠਦਾ ਇਸ਼ਨਾਨ ਪਾਲ ਕਰਕੇ ਏਸੀ ਇਸ਼ਨਾਨ ਕਰਕੇ ਘਰੋਂ ਜਾਂਦਾ ਤੇ ਉੱਥੇ ਜਾ ਕੇ ਸੇਵਾ ਕਰਦਾ। ਕਿ ਜੀਵਨ ਸਫਲਾ ਨੇ ਉਹਨਾਂ ਦਾ ਜੀਵਨ ਸਫਲਾ ਹੁੰਦਾ ਹੈ ਜਿਨ੍ਹਾਂ ਨੇ ਸੰਸਾਰ ਦੇ ਉੱਤੇ ਆ ਕਰਕੇ ਕੋਈ ਕਮਾਈ ਕੀਤੀ ਹੈ, ਭਾਵੇਂ ਉਹ ਕਿਸੇ ਮਹਿਕਮੇ ਦੇ ਵਿੱਚ ਹੋਵੇ, ਭਾਵੇਂ ਉਹ ਕਿਸੇ ਦੇ ਵਿੱਚ ਕਿਸੇ ਲਿਬਾਸ ਦਾ ਨਾਮ ਸੰਤ ਨਹੀਂ, ਸੰਤ ਬਿਰਦੀ ਦਾ ਨਾਮ ਹੈ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਏ ਨਾ ਹਰਿਦੁਆਰ ਦੇ ਵਿੱਚ, ਵੈਸ਼ਨਵ ਸਾਧ ਸੀ ਤੇ ਉਹਨੇ ਆਪਣੇ 4 ਸਵੇਰੇ ਲੀਕ ਮਾਰੀ, ਨਹਾਤਾ ਧੋਤਾ ਤੇ ਚੌਂਕਾ ਉਹਨੇ ਸਾਫ਼ ਕੀਤਾ ਤੇ ਅੱਗ ਬਾਲ ਦਿੱਤੀ ਕੱਪੜੇ ਪਾ ਕੇ ਸੁੰਦਰ, ਤੇ ਸਤਿਗੁਰਾਂ ਨੇ ਆਖਿਆ ਮਰਦਾਨਿਆ ਉਹ ਅੱਗ ਲੈ ਕੇ ਆ ਉਹਦੇ ਤੋਂ ਸਾਧੂ ਤੋਂ। ਮਰਦਾਨਾ ਜੀ ਅੱਗ ਲੈਣ ਵਾਸਤੇ ਚਲੇ ਗਏ, ਜਦੋਂ ਅੱਗ ਲੈ ਕੇ ਆਏ ਤੇ ਅੱਗ ਲੈਣ ਵਾਸਤੇ ਗਏ ਤੇ ਉਹਨੇ ਪੁੱਛਿਆ, ਉਹਨੇ ਦੱਸਿਆ ਜਾ ਕੇ ਵੀ ਮੈਂ ਅੱਗ ਲੈਣ ਵਾਸਤੇ ਆਇਆ, ਮੇਰੇ ਮੁਰਸ਼ਦ ਨੇ ਅੱਗ ਮੰਗਾਈ। ਉਹਦਾ ਪਰਛਾਵਾਂ ਪੈਣਾ ਸੁਭਾਵਿਕ ਸੀ, ਉਹਦਾ ਪਰਛਾਵਾਂ ਪੈ ਗਿਆ, ਉਹਨੇ ਅੱਗ ਤੇ ਕੀ ਦੇਣੀ ਸੀ, ਉਹਦੇ ਮਗਰ ਹੀ ਲੱਗ ਗਿਆ ਪਿੱਛੇ ਚੋ ਲੈ ਕੇ, ਚੁਆਤੀ ਲੈ ਕੇ ਪਿੱਛੇ ਲੱਗ ਗਿਆ। ਕਹਿੰਦਾ ਦੇਣਾ ਮੈਂ ਤੈਨੂੰ ਅੱਗ, ਤੂੰ ਤਾਂ ਮਰਾਸ਼ੀ ਹੈ, ਮੇਰਾ ਜਨਮ ਮਰਨ ਭ੍ਰਿਸ਼ਟ ਕਰ ਦਿੱਤਾ ਸ਼ੂਦਰ ਜਾਤੀ ਦੇ ਵਿੱਚ। ਗੁਰੂ ਨਾਨਕ ਸਾਹਿਬ ਦੇ ਕੋਲ ਆ ਗਿਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪੁੱਛਦੇ ਨੇ, ਸੰਤ ਜੀ ਇਹ ਨਾਰਾਜ਼ ਕਿਉਂ ਹੁੰਦੇ ਹੋ, ਕੀ ਗੱਲ ਹੋ ਗਈ, ਗੁੱਸੇ ਵਿੱਚ ਕਿਉਂ ਹੋ ਰਹੇ ਹੋ? ਤੇ ਉਹ ਕਹਿਣ ਲੱਗਾ ਜੀ ਇਹਨੇ ਮੇਰਾ ਨਾ ਇਹ ਸ਼ੂਦਰ ਜਾਤੀ ਦੇ ਵਿੱਚੋਂ ਹੈ, ਮੇਰਾ ਇਹਨੇ ਜਨਮ ਮਰਨ ਭ੍ਰਿਸ਼ਟ ਕਰ ਦਿੱਤਾ, ਜਾਤੀ ਕਰਕੇ ਕੋਈ ਮਾੜਾ ਨਹੀਂ ਹੁੰਦਾ। ਤੇ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅੱਛਾ ਤੇਰਾ ਜਨਮ ਮਰਨ ਭ੍ਰਿਸ਼ਟ ਹੋ ਗਿਆ, ਸ਼ੂਦਰ ਹੈ? ਕਹਿਣ ਲੱਗਾ ਜੀ ਹਾਂ ਇਹ ਮਰਾਸ਼ੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸੇ ਵੇਲੇ ਮਰਦਾਨੇ ਨੂੰ ਆਖਿਆ, ਮਰਦਾਨਿਆ ਰਬਾਬ ਵਜਾ ਜਰਾ। ਗੁਰੂ ਨਾਨਕ ਸਾਹਿਬ ਨੇ ਆਪਣੇ ਪਵਿੱਤਰ ਮੁਖ ਚੋਂ ਸ਼ਬਦ ਉਚਾਰਨ ਕੀਤਾ, ਆਖਿਆ ਉਹ ਸੰਤ ਜੀ ਸੁਣ ਲੈ ਧਿਆਨ ਨਾਲ, ਆ ਜਿਹੜੀਆਂ ਜਾਤਾਂ ਪਾਤਾਂ ਤੂੰ ਲਈ ਫਿਰਨਾ ਨਾ, ਤੇਰੇ ਅੰਦਰ ਸਾਰੀਆਂ ਬਿਮਾਰੀਆਂ ਬੈਠੀਆਂ ਹੋਈਆਂ। ਸੰਤ ਕਿਸੇ ਲਿਬਾਸ ਦਾ ਨਾਮ ਨਹੀਂ, ਸੰਤ ਬਿਰਦੀ ਦਾ ਨਾਮ ਜੇ ਮਤੇ ਭੁਲੇਖਾ ਖਾ ਲਓ। ਆਪਾਂ ਅੱਜ ਭੁਲੇਖੇ ਵਿੱਚ ਹੀ ਪੈ ਗਏ, ਭੁਲੇਖੇ ਵਿੱਚ ਹੀ ਪਏ ਹੋਏ ਹਾਂ। ਜਿੱਡੀ ਵੱਡੀ ਕਿਸੇ ਕੋਲ ਗੱਡੀ ਹੈ ਨਾ, ਓਡਾ ਵੱਡਾ ਅਸੀਂ ਬ੍ਰਹਮ ਗਿਆਨ ਦਾ ਖਿਤਾਬ ਉਹਨੂੰ ਦੇ ਦਿੱਤਾ। ਇਹੋ ਹੀ ਭੁਲੇਖਾ ਸਾਡੇ ਅੰਦਰ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ, ਉਹਨਾਂ ਤੋਂ ਵੱਡਾ ਕੋਈ ਬ੍ਰਹਮ ਗਿਆਨੀ ਨਹੀਂ ਹੋਇਆ। ਪਿਛਲੇ ਸੰਤ ਹੋਏ ਬਾਬਾ ਅਤਰ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਮਹਾਂਪੁਰਸ਼ ਨਾਨਕ ਸਰ ਕਲੇਰਾਂ ਵਾਲੇ, ਬਾਬਾ ਈਸ਼ਰ ਸਿੰਘ ਜੀ, ਜਿਨ੍ਹਾਂ ਨੇ ਬਹੁਤ ਬੰਦਗੀ ਕੀਤੀ, ਉਹ ਪੁਰਾਤਨ ਸਮੇਂ ਵਿੱਚ ਹੋਏ ਨੇ ਸੰਤ। ਪਰ ਜੇ ਅੱਜ ਦਾ ਸਮਾਂ ਯੁੱਗ ਜਾਣੀਏ ਤੇ ਅੱਜ ਤੇ ਸਾਡੇ ਜਿਵੇਂ ਦੇ ਘਰਾਂ 'ਚ ਝਗੜੇ ਜਿਵੇਂ ਦੇ ਉੱਥੇ ਝਗੜੇ, ਸੰਤ ਨਾਮ ਬਿਰਦੀ ਦਾ ਜੇ ਤੁਸੀਂ ਘਰ ਵੀ ਸੰਤ ਬਣ ਸਕਦੇ ਹੋ, ਜ਼ਰੂਰੀ ਨਹੀਂ ਕਿਸੇ
डेरे विच जा के आपां संत बन सकदे। बिरती दा नाम संत, जिहदा 2.5 घंटे रोज दा सिमरन है ना, वह संत है अपने घर दे विच ही, क्योंकि घर गृहस्थी दे कर्म भी उहने करने ने, 2.5 घंटे भी उह कढ लिया, इक संत है। तो इस वास्ते सतगुरु नानक साहब जी कहिंदे, कुबुद डुमणी कुदया कुसैन पर निंदा घट चूड़ी, मुठी क्रोध चंडाल, कारी कंडी क्या थी है जा चारे बैठियां नाल। सतगुरु कहिंदे भैड़ी बुद्धि है तेरे विच, कुबुद डुमणी ये मराशन है तेरे अंदर बैठी, भैड़ी बुद्धि, कुदया कुसैन तेरे अंदर दया नहीं, तेनू चाहिदा सी अग मंगीए, तेनू दया करनी चाहिए सी, पर तेरे अंदर दया नहीं, ये तेरे अंदर कसाई पुना है, बैठा तेरे अंदर ही कुदया कुसैन। पर निंदा घट चूड़ी, पराई निंदा करना है ना लोगों की, भी फलानी जात माड़ी है, फलानी जात चंगी है, ये निंदा तू करना है, ये तेरे अंदर चूड़ी का रूप धारण करके बैठी है। तीन जातां हो गई, ते कहिंदे मुठी क्रोध चंडाल, तेरे अंदर चौथा क्रोध चंडाल का रूप धारण करके बैठा है। सतगुरु कहिंदे अलीक कढ़न दा की कारी कढ़ी क्या थी है, अलीक कढ़न दा की फायदा हो गया, आ चार बीमारियां ते तेरे अंदर ने, आपां अपने मना विच झाती मारिए किते साडे अंदर ते नहीं चार बीमारियां, जदों आपां अपने अंदर झाती मारांगे सानू अपने औगण नजर आउणगे, किसे दे विच गुण नजर आउणगे, असीं पहला किसे दे विच औगण वेखने आ फिर अपने विच गुण वेखने आ, सज्जना उदों तेरा जीवन नहीं बनना, जब उदन जीवन बनना आरंभ हो जाएगा जिदन तू किसी विच गुण वेखने शुरू कर देगा ते अपने विच औगण वेखने शुरू कर देगा, कि मना कि फलाना औगण है, कि मेरे विच ते नहीं औगण आ गया, मेरे विच कदी ये अपराध ते नहीं, मैं गुनाही ते नहीं बन रहा, ये अपने अंदर झाती मार। सतगुरु कहिंदे सच सच संजम करनी कारा नामण नाम जपे ही, नानक अगै उत्तम सही, सुच संजम करनी कारा ते करनी रूपी कार होवे, जिहड़ी तू कमाई करे कमाई के तू माड़ी करने, कमाई तू चंगी कर नहीं रहा ते लीक कढ़ण दा तेरा की फायदा। सतगुरु पातशाह महाराज जी ने सानू इह समझाउण वास्ते सारे कौतक रचे कि सज्जणा तेरा जीवन सफल तां ही होणा है तू अपने जीवन नूं सवार। जिन्हें भी संत महापुरुष बंदगी वाले हुए, जितने भी सतपुरुष होए गुरु सिख होए, उन्होंने केवल आपां एक होर भी मैं विचार कर दिया, कईआं नूं संत शब्द तों एलर्जी हो जाती है, अज दे युग दे विच बहुते पढ़े लिखे हो गए ते आपां नूं एलर्जी हो गई, एलर्जी हो गई, आपां संत शब्द तों एलर्जी कर लैंदे। गुरमुख भाई राम कोई जी नूं कलगी पर पातशाह गुरु गोबिंद सिंह साहब महाराज जी नूं माता जी कहिंदे तू ब्रह्म ज्ञानी है, उन्हां नूं पता नहीं सी कि मेरा पुत्र ब्रह्म ज्ञानी गुरु गोबिंद सिंह साहब सच्चे पातशाह परमात्मा दा रूप ने, गुरु नानक साहब दी जोत ने, पर फिर भी पुछदे ने तू ब्रह्म ज्ञानी साधु संत है जिहदी ब्रह्म तक पहुंच होई होवे। ते कलगी पर पातशाह जी कहिण लगे सवेरे तुसीं भावना बना लिओ जे ਤੁਹਾਨੂੰ ਆ ਕੇ ਕੀਰਤੀ ਦਰਸ਼ਨ ਦੇਵਾਂਗੇ। ਉਹ ਸਤਿਗੁਰਾਂ ਨੇ ਕਲਗੀਧਰ ਦਰਸ਼ਨ ਦੀ ਲੋੜ ਨਹੀਂ ਸੀ ਉਹਨਾਂ ਨੂੰ ਕਿ ਕਿਸੇ ਰਾਹੀਂ ਸੁਨੇਹਾ ਭੇਜਣ ਦੀ ਲੋੜ ਸੀ ਵੀ ਆਜ ਤੁਹਾਨੂੰ ਸੱਦਿਆ, ਨਹੀਂ ਇੱਧਰ ਸਤਿਗੁਰਾਂ ਨੇ ਬਚਨ ਕੀਤਾ, ਉੱਧਰ ਉਹਨਾਂ ਨੂੰ ਪਤਾ ਲੱਗ ਗਿਆ ਅੰਦਰ ਯਾਮਤਾ ਦੇ ਨਾਲ ਵੀ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੀ ਮਾਤਾ ਮਾਤਾ ਗੁਜਰ ਕੌਰ ਜੀ ਨੂੰ ਬਚਨ ਕਰ ਦਿੱਤਾ, ਮੈਨੂੰ ਬ੍ਰਹਮ ਗਿਆਨੀ ਦੇ ਦਰਸ਼ਨ ਹੋਣੇ ਚਾਹੀਦੇ ਨੇ, ਜੇ ਮੈਂ ਸਵੇਰੇ ਨਾ ਪਹੁੰਚਿਆ ਫਿਰ ਉਹਨਾਂ ਦੀ ਸ਼ਰਧਾ ਟੁੱਟ ਜਾਏਗੀ, ਇਸ ਲਈ ਉਹਨਾਂ ਨੇ ਉੱਥੋਂ ਘੋੜੀ ਤੇ ਸਵੇਰੇ ਚੜ੍ਹ ਕੇ ਜਲਦੀ ਨਾਲ ਰਮਦਾਸ ਅਨੰਦਪੁਰ ਸਾਹਿਬ ਧਰਤੀ ਤੇ ਪਹੁੰਚੇ ਤੇ ਆ ਕੇ ਪ੍ਰਸ਼ਾਦਾ ਛਕਿਆ ਮਾਤਾ ਜੀ ਦੇ ਹੱਥ। ਇਹ ਹੈ ਸੰਤ ਦੀ ਵਡਿਆਈ, ਸੰਤ ਦੀ ਵਡਿਆਈ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਵੀ ਕੀਤੀ ਹੈ, ਦਸ ਗੁਰੂ ਸਾਹਿਬਾਨਾਂ ਨੇ ਕੀਤੀ ਹੈ ਬਾਣੀ ਵਿੱਚ। ਆਪਾਂ ਕਿਵੇਂ ਕਹਿ ਦਿੰਦੇ ਆਪਾਂ ਅੱਜ ਚੰਗਿਆਂ ਨੂੰ ਵੀ ਨਾਲ ਆਪਾਂ ਕਹਿੰਦੇ ਹਾਂ ਫਲਾਣਾ ਨਿੰਦਿਆ ਆਪਾਂ ਸਿੰਘ ਗੁਰੂ ਪਾਵਨ ਸੀ ਜਾਣੋ,
ਦੀਦੀ ਦਸਮ ਦੀ ਬਾਣੀ ਵੀ ਪੜ੍ਹਨੀ ਜ਼ਰੂਰੀ ਹੈ। ਅੱਜ ਦੇ ਸਮੇਂ ਵਿੱਚ ਦੀਦੀ ਨੇ ਦਸਮ ਦੀ ਬਾਣੀ ਨਹੀਂ ਪੜ੍ਹੀ ਹੈ, ਠੀਕ ਹੈ। ਗੁਰੂ ਗੋਬਿੰਦ ਦਸਮ ਦੀ ਬਾਣੀ ਤੇ ਦਸ ਗ੍ਰੰਥ ਦਾ ਸਰੂਪ ਤੇ ਗੁਰੂ ਗ੍ਰੰਥ ਸਾਹਿਬ ਅਮਲੋ ਦੇ ਕੋਲ 15-20 ਕਿਲੋਮੀਟਰ ਗਪੂਰਗੜ ਪਿੰਡ ਪ੍ਰਗਟ ਹੋਇਆ। ਇਹ ਕਲਗੀਧਰ ਪਾਤਸ਼ਾਹ ਦੀ ਦਇਆ ਕਰਕੇ ਕਿਰਪਾ ਕਰ ਰਹੇ ਨੇ, ਇੱਕੋ ਜਿਹੇ ਉਹਨਾਂ ਦੇ ਵਿਚਾਰ ਇੱਕੋ ਜਿਹੇ ਜਲਦੀ ਜਲਦੀ ਕਈ ਵਾਰੀ ਆਪਾਂ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਲਿਆ ਹੋਏ ਸ਼ਬਦਾਂ ਦੀ ਸਾਹਮਣੇ ਵਿਆਖਿਆ ਸ਼ਾਇਦ ਆਪ ਨਹੀਂ ਕਰ ਸਕਦੇ, ਉਹ ਆ ਕੇ ਕਰਦੇ ਹਾਂ। ਇਹ ਵੀ ਦਸਮ ਪਾਤਸ਼ਾਹ ਦੀ ਬਾਣੀ ਦੇ ਵਿੱਚ ਵੀ ਸਤਿਗੁਰਾਂ ਨੇ ਉਜਾਗਰ ਕੀਤਾ ਹੈ, ਇਹ ਸਾਰਾ ਕੁਝ ਉਜਾਗਰ ਕਰਕੇ ਆਪਣੇ ਸਿੱਖ ਨੂੰ ਬਚਾਇਆ ਕਿ ਮੇਰਾ ਸਿੱਖ ਜਿਹੜਾ ਇਹਨਾਂ ਕੁਕਰਮਾਂ ਤੋਂ ਬਚ ਕੇ ਸਹੀ ਜੀਵਨ ਦੀ ਯਾਤਰਾ ਵੱਲ ਤੁਰ ਸਕੇ। ਸ਼ਰਧਾ ਹੀ ਖਤਮ ਹੋ ਗਈ ਸਾਡੇ ਅੰਦਰ ਤੇ ਫਿਰ ਸਿੱਖ ਦੇ ਕੋਲ ਰਿਹਾ ਵੀ ਕੁਝ ਨਹੀਂ। ਸਿੱਖ ਦੇ ਕੋਲ ਇੱਕ ਸ਼ਰਧਾ ਹੈ, ਜੇ ਸ਼ਰਧਾ ਨਾ ਰਹੇਗੀ ਸਿੱਖ ਦੇ ਕੋਲ ਤੇ ਸਿੱਖ ਦੇ ਕੋਲ ਕੁਝ ਵੀ ਨਹੀਂ ਰਹੇਗਾ। ਤਾਂ ਇਸ ਵਾਸਤੇ ਗੁਰਮੁਖੋ ਸ਼ਿਵਜੀ ਦੇ ਪੁੱਤਰ ਦਾ ਸਿਰ ਵੱਢ ਕੇ, ਇੱਕ ਹਾਥੀ ਦੇ ਬੱਚੇ ਦਾ ਸਿਰ ਵੱਢ ਕੇ ਉਹਨੂੰ ਲਾਇਆ ਤੇ ਉਹ ਗਣੇਸ਼ ਬਣਾ ਦਿੱਤਾ। ਉਹ ਲੋਕ ਮੰਨਦੇ ਨੇ ਅੱਜ ਤੱਕ ਤੇ ਅਸੀਂ ਨਹੀਂ ਮੰਨਦੇ। ਅਸੀਂ ਕਹਿੰਦੇ ਹਾਂ ਜੀ ਕਲਗੀਆਂ ਵਾਲੇ ਨੇ ਤੇ ਬੱਕਰੇ ਬੰਨੇ ਸਨ ਦੂਜੇ ਤੰਬੂ ਦੇ ਵਿੱਚ, ਸਿਰ ਥੋੜ੍ਹੀ ਚਟਕਾਏ। ਅਸੀਂ ਨਹੀਂ ਮੰਨਦੇ ਗੱਲ, ਉਹ ਮੰਨਦੇ ਨੇ ਵੀ ਹਾਥੀ ਦੇ ਬੱਚੇ ਦਾ ਸਿਰ ਲਾਇਆ ਤੇ ਗਣੇਸ਼ ਬਣ ਗਿਆ। ਸਾਡੇ ਸਿੱਖ ਮੰਨਣ ਨੂੰ ਤਿਆਰ ਨੇ। ਕੱਲ ਗੁਰਬਾਣੀ ਕਹਿ ਰਹੀ ਹੈ ਸਤਿਗੁਰ ਮੇਰਾ ਮਾਰ ਜਵਾਲਾ ਹੈ, ਗੁਰਬਾਣੀ ਕਹਿ ਰਹੀ ਹੈ ਮਰਿਆਂ ਤੋਂ ਜਿਉਂਦਾ ਕਰ ਸਕਦਾ ਗੁਰੂ। ਗੁਰੂ ਕੋਲ ਤਾਕਤ ਪਾਸੋਂ ਹੀ ਨਹੀਂ। ਹੋਰ ਕਹਿੰਦਾ ਆਨੰਦਪੁਰ ਸਾਹਿਬ ਦੇ ਕੋਲ ਪਿੰਡ ਹੈ, ਪ੍ਰੋਫੈਸਰ ਗਿਆ ਉੱਥੇ, ਉਹਨੇ ਸੰਗੀਤ ਤੋਂ ਬਾਬਾ ਦੀਪ ਸਿੰਘ ਦਾ ਮਨਾ ਰਿਹਾ ਸਾਨੂੰ ਜਨਮ ਦਿਹਾੜਾ, ਉਹਨੇ ਸੰਗੀਤ ਤੋਂ ਕਹਿ ਦਿੱਤਾ, ਉਹਦਾ ਨਾਮ ਸੀ ਸਤਨਾਮ ਸਿੰਘ, ਮੈਂ ਦੱਸ ਦਿਆ ਕਿ ਉਹਦਾ ਉਹਨੇ ਸੰਗੀਤ ਤੋਂ ਕਹਿ ਦਿੱਤਾ ਵੀ ਬਾਬਾ ਦੀਪ ਸਿੰਘ ਦਾ ਸਿਰ ਨਹੀਂ ਸੀ ਲੱਥਾ, ਤੁਹਾਡੇ ਵਿੱਚੋਂ ਕਈ ਗੁਰਸਿੱਖ ਸਨ ਉਹਨਾਂ ਨੇ ਉਸੇ ਵੇਲੇ ਸੰਗੀਤ ਤੋਂ ਲਾ ਕੇ ਦਿੱਤਿਆ। ਅਸੀਂ ਲਾ ਕੇ ਦੇਖੋ ਹੁਣ ਦੱਸ ਰਿਹਾ ਵੀ ਕਿਵੇਂ ਲੱਥਾ ਤੇ ਬਾਬਾ ਸਿੰਘ ਮੰਨਦੇ ਕਿ ਬਾਬਾ ਦੀਪ ਸਿੰਘ ਦਾ ਸਿਰ ਲੱਥੇ ਹੀ ਨਹੀਂ ਸੀ, ਆਪਣੇ ਵਰਗੇ ਹੀ ਮੰਨਦੇ ਹਾਂ। ਅਸੀਂ ਆਪਣੀ ਬਾਣੀ ਤੇ ਸ਼ਰਧਾ ਨਾ ਬਾਣੀ ਤੇ ਸ਼ਰਧਾ, ਸਾਡੇ ਅੰਦਰ ਸ਼ਰਧਾ ਹੀ ਨਾ ਰਹੀ, ਸ਼ਰਧਾ ਹੀ ਖਤਮ ਹੋ ਗਈ ਤੇ ਸਾਡਾ ਬੇੜਾ ਕਿਵੇਂ ਚੱਲ ਸਕਦਾ ਹੈ। ਸਤਿਗੁਰ ਪਾਤਸ਼ਾਹ ਦੀ ਕਿਰਪਾ ਕਰਨ ਸਮਾਂ ਹੋ ਗਿਆ, ਆਓ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇ, ਪਰਿਵਾਰ ਨੂੰ ਭਾਣਾ ਮੰਨਤਾ ਗੁਰਮੰਦਰ ਸਾਹਿਬ ਜੀਵਨ ਜਿਉਂਦਾ ਬਲ ਬਖਸ਼ਿਸ਼ ਕਰ। ਮਾਨ ਸਨਮਾਨੀ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ, ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪਰਿਵਾਰ ਦਾ ਕਈ ਸੱਜਣ ਆਏ ਨੇ, ਮੈਂ ਦਰਸ਼ਨ ਕੀਤੇ ਨੇ ਸੰਗਤ ਦੇ ਵਿੱਚ ਹੀ ਉਹਨਾਂ ਦੇ, ਅਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਮਹਾਂਪੁਰਸ਼ਾਂ ਦਾ ਵੀ ਧੰਨਵਾਦ, ਮਹਾਂਪੁਰਸ਼ ਪਹੁੰਚ ਰਹੇ ਨੇ ਸਟੇਜ ਦੇ ਉੱਤੇ ਆ ਕੇ ਨਾਮ ਉਹਨਾਂ ਨੇ ਜਪਾਉਣਾ ਹੈ। ਔਰ ਉਹਨਾਂ ਤੋਂ ਪਹਿਲਾਂ ਬੇਨਤੀ ਹੈ ਜਸਕਰਨ ਸਿੰਘ ਜੀ IAS ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ, ਉਹਨਾਂ ਨੂੰ ਬੇਨਤੀ ਹੈ ਕਿ ਉਹ 5-7 ਮਿੰਟ ਵਾਸਤੇ ਜਿੰਨਾ ਵੀ ਸਮਾਂ ਥੋੜ੍ਹਾ ਬੜਾ ਉਹ ਸ਼ਰਧਾ ਦੇ ਫੁੱਲ ਭੇਟ ਕਰਨਗੇ। ਸਿੰਘ ਸਾਹਿਬ ਕਥਾ ਤੁਹਾਡੇ ਨਾਲ ਸਾਂਝੀ ਕਰਕੇ ਗਏ, ਮੇਰੀਆਂ ਪਦਵੀਆਂ ਸਾਰੀਆਂ ਗਿਣਾ ਦਿੱਤੀਆਂ ਨੇ। ਮੇਰੀ ਅੱਜ ਦੇ ਦਿਨ ਸਭ ਤੋਂ ਵੱਡੀ ਜਿਹੜੀ ਪਦਵੀ ਹੈ ਉਹ ਇਹ ਹੈ ਕਿ ਮੈਂ ਇਸ ਘਰ ਦਾ ਦਮਾਦ ਹਾਂ, ਅਤੇ ਮੈਨੂੰ ਹੁਕਮ ਹੋਇਆ ਕਿ ਸਾਰੀ IP ਸੰਗਤ ਦਾ ਧੰਨਵਾਦ ਕਰਦਾ। ਧੰਨਵਾਦ ਕਰਨ ਤੋਂ ਪਹਿਲਾਂ ਮੈਂ ਮੇਰੇ ਸਤਿਕਾਰਯੋਗ ਮਾਤਾ ਜੀ ਸਵਰਨ ਕੌਰ,
ਉਹਨਾਂ ਦੇ ਬਾਰੇ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। 20 ਸਾਲ ਦੀ ਉਮਰ ਦੇ ਵਿੱਚ ਮੇਰੀ ਮਾਤਾ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਸੀ ਉਹ ਮੈਨੂੰ ਛੱਡ ਕੇ ਹਮੇਸ਼ਾ ਲਈ ਚਲੇ ਗਏ ਸੀ। 28 ਸਾਲ ਦੀ ਉਮਰ ਦੇ ਵਿੱਚ ਮੇਰੀ ਸ਼ਾਦੀ ਹੋਈ ਅਤੇ ਇਸ ਪਰਿਵਾਰ ਨਾਲ ਮੇਰਾ ਸੰਬੰਧ ਜੁੜਿਆ ਅਤੇ ਉਸ ਉਮਰ ਤੋਂ ਲੈ ਕੇ ਹੁਣ ਤੱਕ ਮਾਤਾ ਸਵਰਨ ਕੌਰ ਉਹਨਾਂ ਨੇ ਜੋ ਮੈਨੂੰ ਦਿੱਤਾ ਜੋ ਮੇਰੇ ਸਿਰ 'ਤੇ ਹੱਥ ਰੱਖਿਆ ਅਤੇ ਮੈਨੂੰ ਬਾਕੀ ਸਾਰੀ ਦੁਨੀਆ ਭੁੱਲ ਗਈ ਇੰਨਾ ਉਹਨਾਂ ਦੇ ਮਨ ਦੇ ਵਿੱਚ ਪਿਆਰ ਸੀ ਖਲੂਸ ਸੀ ਨਿੱਘ ਸੀ ਅਤੇ ਉਹ ਹਮੇਸ਼ਾ ਦੇ ਲਈ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਅਤੇ ਮੈਂ ਉਸ ਕਰਕੇ ਜੋ ਉਹਨਾਂ ਨੇ ਮੈਨੂੰ ਪਿਆਰ ਦਿੱਤਾ ਮੈਨੂੰ ਸਤਿਕਾਰ ਦਿੱਤਾ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦਾ। ਪਰ ਜਿਵੇਂ ਜਿਵੇਂ ਮੇਰਾ ਉਹਨਾਂ ਦੇ ਨਾਲ ਵਾਹ ਪਿਆ ਅਤੇ ਮੈਨੂੰ ਪਤਾ ਲੱਗਿਆ ਕਿ ਮੇਰੇ ਨਾਲ ਤਾਂ ਉਹਨਾਂ ਦੇ ਕੁਦਰਤੀ ਤੌਰ 'ਤੇ ਸਾਂਝ ਸੀ ਪਰ ਉਹ ਹਰ ਇੱਕ ਜੋ ਵੀ ਉਹਨਾਂ ਦੇ ਸੰਪਰਕ ਵਿੱਚ ਆਉਂਦਾ ਸੀ ਕੋਈ ਵੀ ਰਿਸ਼ਤੇਦਾਰ ਸਾਕ ਸੰਬੰਧੀ ਵੱਡਾ ਛੋਟਾ ਗਰੀਬ ਜਿਹੜਾ ਵੀ ਉਹਨਾਂ ਦੇ ਸੰਪਰਕ ਵਿੱਚ ਆਉਂਦਾ ਸੀ ਉਹਨਾਂ ਦਾ ਹੋ ਕੇ ਰਹਿ ਜਾਂਦਾ ਸੀ। ਉਹ ਮੈਨੂੰ ਹੀ ਨਹੀਂ ਹਰ ਇਨਸਾਨ ਨੂੰ ਹਰ ਛੋਟੇ ਵੱਡੇ ਨੂੰ ਇੰਨਾ ਪਿਆਰ ਇੰਨਾ ਨਿੱਘ ਦਿੰਦੇ ਸੀ ਕਿ ਉਹ ਹਮੇਸ਼ਾ ਲਈ ਉਹਨਾਂ ਦਾ ਹੋ ਜਾਂਦਾ ਸੀ। ਉਸ ਤੋਂ ਬਾਅਦ ਮੇਰਾ ਜੋ ਮੇਰੀ ਵਾਈਫ ਦਾ ਜੋ ਬ੍ਰਦਰ ਹੈ ਛੋਟਾ ਕੈਪਟਨ ਗੁਰਦੇਵ ਉਹਨੇ ਜਦੋਂ ਮੈਨੂੰ ਦੇਖਿਆ ਮੈਂ ਜਦੋਂ ਮੇਰੀ ਸ਼ਾਦੀ ਹੋਈ ਮੈਂ ਫੌਜ ਦੇ ਵਿੱਚ ਸੀ ਅਤੇ ਉਹ ਕਹਿੰਦਾ ਭਾਅ ਜੀ ਮੈਂ ਵੀ ਫੌਜ ਵਿੱਚ ਜਾਣਾ ਅਤੇ ਮਾਤਾ ਜੀ ਨੂੰ ਸਾਰਿਆਂ ਨੇ ਕਿਹਾ ਕਿ ਇੱਕੋ ਇੱਕ ਪੁੱਤਰ ਹੈ ਅਤੇ ਤੁਸੀਂ ਉਹਨੂੰ ਵੀ ਫੌਜ ਵਿੱਚ ਭੇਜ ਰਹੇ ਹੋ ਅਤੇ ਹੋਰ ਬਹੁਤ ਦੁਨੀਆ ਹੈ। ਤਾਂ ਉਹਨਾਂ ਨੇ ਅੱਗੇ ਉਹ ਕਿਹਾ ਕਿ ਬਾਕੀ ਜਿਹੜੇ ਫੌਜ ਵਿੱਚ ਜਾਂਦੇ ਹਨ ਉਹ ਕਿਸੇ ਦੇ ਪੁੱਤਰ ਨਹੀਂ ਹੁੰਦੇ ਇਹ ਗੱਲ 21-6 ਹੋਣ ਦੀ ਨਹੀਂ ਹੈ ਇਹਨੇ ਜਾਣਾ ਹੈ ਅਤੇ ਇਹਨੂੰ ਜਾਣਾ ਹੀ ਚਾਹੀਦਾ ਹੈ। ਉਹਨਾਂ ਨੇ ਉਹਨੂੰ ਹਿੰਮਤ ਦੇ ਕੇ ਫੌਜ ਵਿੱਚ ਉਹਨੇ ਫਿਰ ਨੌਕਰੀ ਕੀਤੀ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਜੇ ਉਹਨਾਂ ਦਾ ਮੈਂ ਜ਼ਿਕਰ ਕਰਾਂਗਾ ਤਾਂ ਬਹੁਤ ਸਮਾਂ ਲੱਗ ਜਾਏਗਾ ਅਤੇ ਮੈਂ ਆਪਣੇ ਵੱਲੋਂ ਅਤੇ ਸਾਰੇ ਬੜੈਚ ਪਰਿਵਾਰ ਵੱਲੋਂ ਜਿੰਨੀ ਵੀ ਸੰਗਤ ਦੂਰੋਂ ਨੇੜਿਓਂ ਚੱਲ ਕੇ ਆਈ ਹੈ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਅਤੇ ਪਰਮਾਤਮਾ ਅੱਗੇ ਅਕਾਲ ਪੁਰਖ ਅੱਗੇ ਇਹ ਅਰਦਾਸ ਬੇਨਤੀ ਕਰਦਾ ਹਾਂ ਕਿ ਸਾਨੂੰ ਇਹ ਘਾਟਾ ਝੱਲਣ ਦੀ ਬਲ ਬਖਸ਼ੇ ਹਿੰਮਤ ਬਖਸ਼ੇ ਅਤੇ ਉਸ ਪਿਛਲੀ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿੱਚ ਵਿਕਾਸ ਬਖਸ਼ੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਜੋ ਵੀ ਸੱਜਣ ਮਿੱਤਰ ਗੁਰੂ ਨੇੜੇ ਚੱਲ ਕੇ ਆਏ ਹਨ ਉਹ ਗੁਰੂ ਦਾ ਲੰਗਰ ਜ਼ਰੂਰ ਛੱਡ ਕੇ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Bye.
ਅਤੇ ਸਰਦਾਰ ਜਸਵਿੰਦਰ ਸਿੰਘ ਜੀ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਮਾਤਾ ਜੀ ਦੇ ਵਿੱਚ ਇੱਕ ਬਹੁਤ ਚੰਗੇ ਗੁਣ ਸਨ, ਪਤਾ ਲੱਗਾ ਮਾਤਾ ਜੀ ਬਾਰੇ ਕਿ ਉਹਨਾਂ ਦੇ ਜਿਨ੍ਹਾਂ ਦੇ ਦਮਾਦ ਵੀ ਨੌਕਰੀਆਂ ਹਨ, ਜਿਹੜੇ ਮਾਂ ਬਾਪ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਲਿਖਾਈ ਕਰਾ ਕਰਕੇ ਚੰਗੇ ਗੁਣ ਸਿਖਾ ਦਿੰਦੇ ਨੇ, ਉਹ ਚੰਗੇ ਅਹੁਦਿਆਂ 'ਤੇ ਪਹੁੰਚ ਜਾਂਦੇ ਹਨ। ਬਹੁਤ ਬਹੁਤ ਧੰਨਵਾਦ ਹੈ, ਬਹੁਤ ਬਹੁਤ ਧੰਨਵਾਦ ਗੁਰਦਾਨਪੁਰ, ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਆਓ ਹੁਣ ਆਪਾਂ ਸਾਰੇ ਮਿਲ ਕਰਕੇ, ਮੈਂ ਇੱਕ ਨਾਮ ਹੋਰ ਰਹਿ ਗਿਆ ਮੰਤਰੀ ਹਰਿਆਣਾ, ਉਹਨਾਂ ਦੇ ਵੀ ਕੁਝ ਪਤਵੰਤੇ ਸੱਜਣ ਉਹਨਾਂ ਵੱਲੋਂ ਪਹੁੰਚੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਇਹਨਾਂ ਵੱਲੋਂ ਪਾਰਟੀ ਵੱਲੋਂ ਪਹੁੰਚੇ ਹਨ ਅਤੇ ਆਓ ਹੁਣ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਵਿੱਚ। ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਹਾਇ ਮਹਾਂ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ
ਪ੍ਰਥਮ ਪੌਗ ਉੱਤੇ ਸਿਮਰ ਕਾਇ ਗੁਰੂ ਨਾਨਕ ਲਹੀਂ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੋਈ ਸਾਏ। ਹਰਜਨ ਹਰ ਗੋਬਿੰਦਨ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ। ਜਿਠੇ ਸਤਿਗੁਰ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਧਿ ਆਵੇ ਤਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਜਨਮ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਏ ਤੇ ਗਵਾਹੀ ਦੇਖ ਕੇ ਨਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ਿਖ ਦਿੱਤੇ ਬੰਦ ਬੰਦ ਕਟਵਾਏ ਗੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੇ ਆਰਿਆਂ ਨਾਲ ਚੀਰੇ ਗਏ ਗੁਰਦੁਆਰਾ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਰਿਤਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਚਿਆ ਰਿਆਇਤ ਦੇਖ ਦੇਖ ਪਤਾ ਹੈ ਬਿਰਧ ਕੀ ਪੈਰ ਪੰਥ ਕੇ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਗਵੇਕ ਦਾਨ ਮਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਾਤ ਉੱਚੀ ਮਾਤਾ ਨਿਤਾਨਿਆਂ ਦੇ ਤਾਂ ਨਿਓਟਿਆਂ ਦੀ ਓਟ ਅੰਤਰ ਜਾਮੀ ਜੁਗੋ ਜੁਗਾ ਟਲ ਗੁਰੂ ਗਰੀਬ ਨਿਵਾਜ ਕਿਰਪਾ ਨਿਧਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਕਿ ਆਪ ਜੀ ਕੇ ਦਰ ਕਰਦੇ ਪ੍ਰੀਤਵਾਨ ਸੇਵਾਦਾਰ ਸਤਿਕਾਰਯੋਗ ਮਾਤਾ ਸਵਰਨ ਕੌਰ ਜੀ ਜੋ ਕੁਝ ਦਿਨ ਪਹਿਲਾਂ ਕੱਲ ਚਲਾਣਾ ਕਰ ਗਏ ਸੀ ਉਹਨਾਂ ਦੇ ਆਤਮਕ ਭਲੇ ਵਾਸਤੇ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੇ ਪਰਿਵਾਰ ਵੱਲੋਂ ਸੰਬੰਧੀਆਂ ਵੱਲੋਂ ਆਪ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਅੰਤਿਮ ਅਰਦਾਸ ਦੇ ਸੰਬੰਧ ਵਿੱਚ ਖੁੱਲ੍ਹੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਕੀਰਤਨ ਉਪਰੰਤ ਸੁੰਦਰ ਕਥਾ ਵਾਰਤਾ ਹੋਈ ਹੈ ਜੀ। ਕਿਰਪਾ ਕਰਨੀ ਜੀ ਸਮੁੱਚੀ ਬੜੀ ਸੁਣੀ ਗੁਰਬਾਣੀ ਦਾ ਭਾਵ ਤੇ ਸੇਵਕ ਪਰਿਵਾਰ ਸਰਬੱਤ ਸੰਗਤਾਂ ਦੀ ਅਰਦਾਸ ਬੇਨਤੀ ਹੈ ਕਿ ਸਤਿਕਾਰਯੋਗ ਮਾਤਾ ਸਵਰਨ ਕੌਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਆਤਮਕ ਸ਼ਾਂਤੀ ਬਖਸ਼ਣੀ ਰੂਹ ਦਾ ਭਲਾ ਕਰਨਾ ਆਵਾਗਮਨ ਦੇ ਚੱਕਰ ਜਨਮ ਮਰਨ ਤੋਂ ਨਿਵਿਰਤੀ ਮੁਕਤੀ ਬਖਸ਼ਣੀ ਜੀ ਪਿੱਛੇ ਪਰਿਵਾਰ ਸੁਖ ਸ਼ਾਂਤੀ ਵਰਤਾਉਣੀ ਸਿਰ ਤੇ ਮੇਲ ਭਰਿਆ ਹੱਥ ਰੱਖਣਾ ਜੀ ਸੇਵਕ ਸੇਵਕਾਂ ਦੇ ਪਰਦੇ ਢੱਕਣੇ ਪੱਤ ਰੱਖਣੇ ਜੀ ਬੇ ਸੰਗਤਾਂ ਨੇ ਦੂਰੋਂ ਨੇੜਿਓਂ ਚੱਲ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਤਿਲ ਫੁੱਲ ਮਾਇਆ ਭੇਟਾ ਕੀਤੀ ਏ ਸਰਬੱਤ ਦੀਆਂ ਹਾਜ਼ਰੀਆਂ ਭੇਟਾ ਦਰ ਪ੍ਰਵਾਨ ਕਰਨੀਆਂ ਸਵਾਸ ਤੇ ਕਦਮ ਲੈ ਕੇ ਵਿੱਚ ਲੋੜੇ ਦਰੋ ਘਰੋ ਸਿੱਖੀ ਸਿਦਕ ਭਰੋਸਾ ਬਖਸ਼ਣਾ ਜੀ ਸੇਵਕ ਪਰਿਵਾਰ ਵੱਲੋਂ ਆਪਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਜੋ ਮਾਈ ਭਾਈ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਜੀ
ਸਰਬੱਤ ਸਿੱਖ ਪੜ੍ਹਦੇ ਸੁਣਦੇ ਲਾਹੇਵੰਦ ਹੋਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਨਾਮ ਵਾਹਿਗੁਰੂ ਸਾਹਿਬ।